ਨੰਬਰਦਾਰ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਾਇਆ ਵਿਖੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸੂਬੇ ਭਰ ਤੋਂ ਨੰਬਰਦਾਰਾਂ ਨੇ ਹਿੱਸਾ ਲਿਆ। ਪ੍ਰਧਾਨ ਗੁਰਪਾਲ ਸਿੰਘ ਸਮਰਾ, ਅਸ਼ੋਕ ਸੰਧੂ ਅਤੇ ਜਸਪਾਲ ਸਿੰਘ ਲਹਿਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਅਜੇ ਤੱਕ ਕੋਈ ਵੀ ਮੰਗ ਨਹੀਂ ਮੰਨੀ ਗਈ, ਜਿਸ ਦੇ ਰੋਸ ਵਜੋਂ ਸਰਕਾਰ ਨੂੰ 10 ਅਗਸਤ ਤੱਕ ਦਾ ਸਮਾਂ ਯੂਨੀਅਨ ਵੱਲੋਂ ਦਿੱਤਾ ਗਿਆ ਹੈ। ਸਰਕਾਰ ਨੇ ਜੇਕਰ 10 ਅਗਸਤ ਤੱਕ ਨੰਬਰਦਾਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਸਰਕਾਰ ਖਿਲਾਫ਼ ਰੋਸ ਰੈਲੀ ਅਤੇ ਪ੍ਰਦਰਸ਼ਨ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਵੀ ਨੰਬਰਦਾਰ ਯੂਨੀਅਨ ਨੂੰ 41ਵੀਂ ਜਥੇਬੰਦੀ ਦੇ ਤੌਰ 'ਤੇ ਸ਼ਾਮਲ ਕਰ ਲਿਆ ਗਿਆ ਹੈ ਅਤੇ ਯੂਨੀਅਨ ਵੀ ਕਿਸਾਨ ਮੋਰਚੇ ਨਾਲ ਹਰ ਅੰਦੋਲਨ ਵਿੱਚ ਮੋਹਰੀ ਹੋ ਕੇ ਆਪਣਾ ਰੋਲ ਅਦਾ ਕਰੇਗੀ। ਅੱਜ ਅਸੀਂ ਇੱਥੇ ਆਪਣੇ ਪ੍ਰੀਤ ਪੈਲਸ ਦੇ ਵਿੱਚ ਮੀਟਿੰਗ ਬੁਲਾਈ ਸੀਗੀ ਬਹੁਤ ਥੋੜ੍ਹੇ ਸਮੇਂ 'ਤੇ, ਜਿਹਦੇ ਵਿੱਚ ਅਸੀਂ ਆਪਣੀ ਜਨਰਲ ਬੋਡੀ ਦੇ ਨੁਮਾਇੰਦੇ ਔਰ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਬੰਦੇ ਸਾਰੇ ਅਸੀਂ ਪ੍ਰਧਾਨ ਸਾਹਿਬਾਨ ਸੱਦੇ ਸੀਗੇ। ਉਹ ਤਕਰੀਬਨ 19 ਜ਼ਿਲ੍ਹਿਆਂ ਦੇ ਬੰਦੇ ਅੱਜ ਇੱਥੇ ਜਿਹੜੇ ਪ੍ਰਧਾਨ ਸਾਹਿਬਾਨ ਉਹਨਾਂ ਦੇ ਨਾਲ ਸੈਕਟਰੀ ਸਾਹਿਬਾਨ ਅਤੇ ਸਾਡੀ ਜਨਰਲ ਬੋਡੀ ਦੇ ਬੰਦੇ ਜਿਹੜੇ ਆਏ ਆ। ਸਾਡਾ ਜਿਹੜਾ ਅੱਜ ਦਾ ਏਜੰਡਾ ਸੀਗਾ ਇਹ ਸੀਗਾ ਕਿ ਅਸੀਂ ਜਿਹੜਾ ਸਰਕਾਰ ਦੇ 4.5 ਸਾਲ ਲੰਘ ਹੈ ਜੋ ਉਹਨਾਂ ਨੇ ਮੈਨੀਫੈਸਟੋ 'ਚ ਪਾਇਆ ਸੀਗਾ ਉਹ ਹਾਲੇ ਤੱਕ ਸਾਡੀ ਕੋਈ ਮੰਗ ਨਹੀਂ ਪੂਰੀ ਹੋਈ। ਸਾਡਾ ਜਿਹੜੀ ਮੇਨ ਮੰਗ ਆ ਸਾਡੀ ਉਹ ਜੱਦੀ ਪੁਸ਼ਤੀ ਦੀ ਮੰਗ ਆ ਵੀ ਪਿਤਾ ਫਰਕੀ ਹੋਣੀ ਚਾਹੀਦੀ ਆ ਤਾਂ ਕਿ ਜਿਹੜੇ ਖੱਜਲ ਖੁਆਰੀ ਕੋਰਟ ਕਚਹਿਰੀਆਂ ਦੇ ਵਿੱਚ ਜਾ ਕੇ ਹੁੰਦੀ ਆ ਉਹ ਸਾਡੀ ਹਟ ਜਾਏ। ਦੂਜਾ ਸਾਡਾ ਇਹ ਸੀਗਾ ਵੀ ਹਰਿਆਣੇ ਦੀ ਤਰ੍ਹਾਂ 5 ਲੱਖ ਰੁਪਈਆ ਉੱਥੇ ਉਹ ਬੀਮਾ ਕਰਦੇ ਕੀਤਾ ਉਹਨਾਂ ਨੇ ਹਰੇਕ ਲੰਬੜਦਾਰ ਦਾ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਵੀ ਪੰਜਾਬ ਦੇ ਵਿੱਚ ਉਹ ਜਿਹੜਾ ਬੀਮਾ ਆ 5 ਲੱਖ ਦਾ ਹਰੇਕ ਲੰਬੜਦਾਰ ਦਾ ਹੋਣਾ ਚਾਹੀਦਾ ਔਰ ਜਿਹੜੀ ਬੱਸ ਪਾਸ ਆ ਉਹ ਫ੍ਰੀ ਹੋਣਾ ਚਾਹੀਦਾ ਅਤੇ ਨਾਲ ਜਿਹੜਾ ਅਸੀਂ ਸਾਡਾ ਜਿਹੜਾ ਮਾਣ ਪੱਤਾ ਆ ਉਹ ਤਕਰੀਬਨ 5000 ਲੰਬੜਦਾਰ ਦਾ ਮਾਣ ਪੱਤਾ ਹੋਣਾ ਚਾਹੀਦਾ ਕਿਉਂਕਿ ਅੱਜ ਦੀ ਮਹਿੰਗਾਈ ਦੇ ਵਿੱਚ 5000 ਕੁਛ ਵੀ ਹੈ ਨਹੀਂਗਾ। ਇਸ ਕਰਕੇ ਅਸੀਂ ਸਰਕਾਰ ਦੇ ਕਰਕੇ ਅਸੀਂ 10 ਅਗਸਤ ਤੱਕ ਅਲਟੀਮੇਟਮ ਦਿੱਤਾ ਸਰਕਾਰ ਨੂੰ ਵੀ ਸਾਡੀ ਜੇ ਕੋਈ ਮੰਗ ਮੰਨਦੇ ਆ ਉਹ ਤਾਂ ਜਿਹੜੀ ਅਸੀਂ ਰੈਲੀ ਕਰਨੀ ਪੰਜਾਬ ਲੈਵਲ ਦੀ ਉਹ ਉਹਨਾਂ ਦੇ ਹੱਕ 'ਚ ਕਰਾਂਗੇ, ਜੇ ਨਹੀਂ ਕੋਈ ਮੰਨਦੇ ਤਾਂ ਫਿਰ ਅਸੀਂ ਉਹਨਾਂ ਦੇ ਵਿਰੋਧ 'ਚ ਵੀ ਕਰ ਸਕਦੇ ਹਾਂ ਕਿਉਂਕਿ ਸਾਡਾ ਜਿਹੜਾ ਵੋਟ ਬੈਂਕ ਆ ਉਹ ਤਕਰੀਬਨ ਲੱਖਾਂ ਦੇ ਵਿੱਚ ਆ। 9 ਲੱਖ ਮੈਂ ਹਿਸਾਬ ਲਾਇਆ ਸੀ ਵੀ 9 ਲੱਖ ਦੇ ਤਕਰੀਬਨ ਲਾਗੇ ਭਾਗੇ ਸਾਡੀ ਜਿਹੜੀ ਵੋਟ ਆ ਪੰਜਾਬ ਦੇ ਵਿੱਚ ਉਹ ਹਰੇਕ ਲੰਬੜਦਾਰ ਦਾ ਕਿਉਂਕਿ ਅਸਰ ਸਲੂਕ ਬਹੁਤ ਹੁੰਦਾ ਹੈ। ਪੰਚ ਸਰਪੰਚ 5 ਸਾਲ ਲਈ ਆਉਂਦੇ ਸਾਰੀ ਜ਼ਿੰਦਗੀ ਲਈ ਲੰਬੜਦਾਰ ਹੁੰਦੇ ਉਹਨਾਂ ਦਾ ਬਹੁਤ ਅਹਿਮ ਰੋਲ ਆ ਉਹਨਾਂ ਦਾ ਬਹੁਤ ਦੇਣ ਹੁੰਦੀ ਆ ਦੁਨੀਆ ਨੂੰ। ਇਸ ਕਰਕੇ ਜਿਹੜਾ ਲੰਬੜਦਾਰ ਦੇ ਨਾਲ ਵੋਟ ਬੈਂਕ ਬਹੁਤ ਜ਼ਿਆਦਾ ਆ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਸਾਡੀ ਜਿਹੜੀ ਜਾਇਜ਼ ਮੰਗ ਆ ਉਹ ਮੰਨੀ ਜਾਵੇ। ਸੋ ਅਸੀਂ ਅੱਜ ਦੀ ਇਹ ਮੀਟਿੰਗ ਦੇ ਵਿੱਚ ਇਹ ਸਾਰਿਆਂ ਨੇ ਫੈਸਲਾ ਕੀਤਾ ਕਿ ਅਲਟੀਮੇਟਮ ਦੇ ਦਿਓ ਸਰਕਾਰ ਨੂੰ ਉਹ ਅਸੀਂ 10 ਅਗਸਤ ਤੱਕ ਦੇ ਕੇ ਉਸ ਤੋਂ ਬਾਅਦ ਅਸੀਂ ਜੋ ਵੀ ਪ੍ਰੋਗਰਾਮ ਉਲੀਕਣਾ ਹੈਗਾ ਇਸੇ ਤਰ੍ਹਾਂ ਹੀ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਉਹ ਗਾਂਹਲਾ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਜਾਵੇ। ਅੱਜ ਦੀ ਜੋ ਮੀਟਿੰਗ ਸੂਬਾ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਉਹਦੇ ਵਿੱਚ ਮਕਸਦ ਇੱਕੋ ਹੀ ਸੀਗਾ ਕਿ ਜਿਹੜੀ ਸਰਕਾਰ ਹੈਗੀ ਆ ਉਹ ਨੰਬਰਦਾਰਾਂ ਦੇ ਨਾਲ ਵਾਅਦਾ ਖਿਲਾਫੀ ਕਰਦੀ ਪਈ ਹੈਗੀ ਆ ਜਿਹੜੀ ਕਿ ਨੰਬਰਦਾਰਾਂ ਨੂੰ ਨਾ ਮਨਜ਼ੂਰ ਹੈ। ਨੰਬਰਦਾਰ ਸਰਕਾਰ ਦੇ ਨਾਲ ਟਕਰਾਅ ਨਹੀਂ ਚਾਹੁੰਦੇ, ਸਰਕਾਰ ਦੇ ਨਾਲ ਜੋ ਅੰਦਰ ਬੈਠ ਕੇ ਵਾਅਦੇ ਕੀਤੇ ਗਏ ਹੈਗੇ ਆ ਜੋ ਨਿਯਮਾਂ ਦੀ ਗੱਲ ਕੀਤੀ ਗਈ ਆ ਸਿਰਫ ਇੰਨੀ ਕੁ ਗੱਲ ਚਾਹੁੰਦੇ ਆ ਵੀ ਨੰਬਰਦਾਰਾਂ ਦਾ ਜਿਹੜਾ ਨੰਬਰ ਦੀ ਜਿਹੜੀ ਹੈਗੀ ਉਹ ਜੱਦੀ ਪੁਸ਼ਤੀ ਕੀਤੀ ਜਾਵੇ ਕਾਨੂੰਨ ਦੇ ਅਨੁਸਾਰ ਇਸ ਤਰੀਕੇ ਨਾਲ ਨਾ ਕੀਤੀ ਜਾਵੇ ਕਿ ਜੇਕਰ ਨੰਬਰਦਾਰ ਦਾ ਕੋਈ ਬੇਟਾ ਹੈਗਾ ਅਯੋਗ ਹੈਗਾ ਤਾਂ ਉਹਨੂੰ ਨੰਬਰਦਾਰ ਬਣਾ ਦਿੱਤਾ ਜਾਵੇ। ਕਾਨੂੰਨ ਦੇ ਵਿੱਚ ਇਹੋ ਜਿਹਾ ਮਤਲਬ ਸੋਧ ਕੀਤੀ ਜਾਵੇ ਵੀ ਜਿਹੜਾ ਨੰਬਰਦਾਰ ਦਾ ਬੇਟਾ ਜੋ ਯੋਗ ਹੈਗਾ ਉਹਨੂੰ ਜਿਹੜੀ ਨੰਬਰਦਾਰੀ ਹੈਗੀ ਆ ਆਟੋਮੈਟਿਕਲੀ ਟ੍ਰਾਂਸਫਰ ਹੋ ਜਾਵੇ। ਔਰ ਇਹ ਅੱਜ ਦੀ ਮੀਟਿੰਗ ਵਿੱਚ ਇਹ ਵੀ ਗੱਲ ਕੀਤੀ ਗਈ ਆ ਜਿਹੜੀ ਬਹੁਤ ਅੱਛੀ ਲੱਗੀ ਬਹੁਤ ਪੰਜਾਬ ਵਾਸੀਆਂ ਵਾਸਤੇ ਕਿਸਾਨਾਂ ਦੇ ਵਾਸਤੇ ਔਰ ਪੰਜਾਬੀਅਤ ਵਾਸਤੇ ਬੜੀ ਚੰਗੀ ਗੱਲ ਆ ਵੀ ਜਿਹੜੀ ਸਾਡੀ ਕਿਸਾਨ ਯੂਨੀਅਨ ਹੈਗੀ ਆ ਉਹ ਜਿਹੜੀ ਸਾਡੀ ਯੂਨੀਅਨ ਹੈਗੀ ਆ ਨੰਬਰਦਾਰ ਯੂਨੀਅਨ 643 ਸਮਰਾ ਗਰੁੱਪ ਵਾਲੀ ਉਹਨੂੰ 41ਵੀਂ ਤੌਰ ਦੇ ਉੱਪਰ ਸ਼ਾਮਿਲ ਕੀਤਾ ਗਿਆ ਔਰ ਸਾਨੂੰ ਯੂਨੀਅਨ ਵੱਲੋਂ ਇਹ ਹੁਕਮ ਦਿੱਤਾ ਗਿਆ ਵੀ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ 5-5 ਦੇ ਬੰਦੇ ਹੈਗੇ ਆ ਨੰਬਰਦਾਰ ਜਿਹੜੇ ਜੋ ਨੰਬਰਦਾਰ ਹੈਗੇ ਆ ਉਹ ਨਕੀਆ ਸਾਡੇ ਉੱਥੇ ਚੱਲ ਕੇ ਆਉਣ ਔਰ ਆਪਣੇ ਵਿਚਾਰ ਰੱਖਣ ਔਰ ਸਾਰਿਆਂ ਦਾ ਜੋ ਵੀ ਸੁਝਾਅ ਹੈਗਾ ਉਹ ਸਰਕਾਰਾਂ ਤੱਕ ਪਹੁੰਚਾਉਣ। ਅਤੇ ਸੋ ਅਸੀਂ ਨਕੀ ਆਪਣੀ ਜਿਹੜੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਹੈਗੀ ਆ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਵੀ ਸਾਨੂੰ 41ਵੇਂ ਨੰਬਰ ਦੇ ਤੌਰ ਦੇ ਉੱਪਰ ਸਾਨੂੰ ਉਹਨੇ ਸ਼ਾਮਿਲ ਕੀਤਾ ਨੰਬਰਦਾਰ ਯੂਨੀਅਨ ਨੂੰ ਅਤੇ ਅਸੀਂ ਜੋ ਉਹਨਾਂ ਦੇ ਸੁਪਨੇ ਹੈਗੇ ਆ ਅਸੀਂ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਕਿ ਸਾਨੂੰ ਸੰਘਰਸ਼ ਕਰਨਾ ਪਿਆ ਸੰਘਰਸ਼ ਵੀ ਕਰਾਂਗੇ ਉਹ ਸਰਕਾਰ ਨੂੰ ਵੀ ਤੱਕ ਵੀ ਆਪਣੀ ਜਿਹੜੀ ਕਿਸਾਨਾਂ ਦੀ ਆਵਾਜ਼ ਹੈਗੀ ਆ ਉਹ ਹੋਰ ਬੁਲੰਦ ਕਰਨ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਾਂਗੇ।